ਅੱਜ ਦੀ ਇਸ ਖਾਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਗੁਰੂ ਨਾਨਕ 550 ਐਪ ਦੇ ਵਿੱਚ ਤੁਸੀਂ ਆਪਣੀ ਕੀਤੀ ਹੋਈ ਪਲਾਂਟੇਸ਼ਨ ਨੂੰ ਜੀਓ ਟੈਗ ਕਿਵੇਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇਸ ਲਈ ਤੁਹਾਨੂੰ ਗੁਰੂ ਨਾਨਕ 550 ਨਾਮ ਦੀ ਐਪ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਅਤੇ ਸਾਈਨ ਅਪ ਕਰਨਾ ਹੋਏਗਾ। ਉਸ ਤੋਂ ਅਗਲਾ ਸਟੈਪ ਇਹ ਹੈ ਕਿ ਤੁਸੀਂ ਆਪਣੀ ਪਲਾਂਟੇਸ਼ਨ ਨੂੰ ਐਡ ਕਰਨਾ ਹੈ। ਉਹਦੇ ਲਈ ਤੁਸੀਂ ਐਪ ਦੇ ਵਿੱਚ ਲੌਗਇਨ ਰਜਿਸਟਰ ਕਰਨ ਤੋਂ ਬਾਅਦ ਲੌਗਇਨ ਕਰੋ। ਹੋਮ ਸਕਰੀਨ 'ਤੇ ਸਭ ਤੋਂ ਪਹਿਲਾ ਆਪਸ਼ਨ ਤੁਹਾਨੂੰ ਦੇਖੇਗਾ ਐਡ ਨਿਊ ਪਲਾਂਟੇਸ਼ਨ, ਉਹਦੇ 'ਤੇ ਤੁਸੀਂ ਟੈਪ ਕਰੋ। ਸਭ ਤੋਂ ਪਹਿਲਾ ਆਪਸ਼ਨ ਤੁਹਾਨੂੰ ਦੇਖੇਗਾ ਲੋਕੇਸ਼ਨ ਦਾ। ਜਦੋਂ ਲੋਕੇਸ਼ਨ ਦੇ ਉੱਤੇ ਟੈਪ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਮੈਪ ਖੁੱਲ੍ਹੇਗਾ ਤੁਹਾਡੀ ਸਕਰੀਨ ਦੇ ਵਿੱਚ। ਜੇ ਤਾਂ ਤੁਸੀਂ ਉਸੇ ਲੋਕੇਸ਼ਨ 'ਤੇ ਹੋ ਜਿਵੇਂ ਅਸੀਂ ਇਸ ਵੇਲੇ ਖੜ੍ਹੇ ਹਾਂ, ਇਸ ਲੋਕੇਸ਼ਨ 'ਤੇ ਜਿੱਥੇ ਅਸੀਂ ਪਲਾਂਟੇਸ਼ਨ ਕੀਤੀ ਸੀ, ਇਹ ਤੁਸੀਂ ਨਾਲ ਦੇਖ ਸਕਦੇ ਹੋ ਇੱਕ ਬੂਟਾ ਜਿਹੜਾ ਅਸੀਂ ਪਲਾਂਟ ਕੀਤਾ ਹੈ ਹੁਣੇ ਕੁਛ ਚਿਰ ਪਹਿਲਾਂ ਹੀ। ਇਸੇ ਲੋਕੇਸ਼ਨ ਨੂੰ ਅਸੀਂ ਟੈਪ ਆਪਾਂ ਅੱਜ ਇਸ ਵੀਡੀਓ ਵਿੱਚ ਟੈਗ ਕਰਕੇ ਦਿਖਾਵਾਂਗੇ। ਜਦੋਂ ਤੁਹਾਡਾ ਮੈਪ ਖੁੱਲ੍ਹ ਜਾਏਗਾ ਤਾਂ ਉਹਦੇ ਵਿੱਚ ਤੁਸੀਂ ਆਪਸ਼ਨ ਸਿਲੈਕਟ ਕਰਨਾ ਹੈ ਸਿਲੈਕਟ। ਜਦੋਂ ਤੁਸੀਂ ਸਿਲੈਕਟ ਕਰੋਗੇ ਤਾਂ ਤੁਸੀਂ ਦੇਖੋਗੇ ਲੋਕੇਸ਼ਨ ਦੇ ਵਿੱਚ ਆਪਣੇ ਆਪ ਹੀ ਉਹਦਾ ਐਡਰੈਸ ਪੂਰਾ ਫਿੱਲ ਹੋ ਜਾਏਗਾ। ਦੂਜੇ ਨੰਬਰ 'ਤੇ ਡੇਟ ਹੈ, ਡੇਟ ਆਟੋਮੈਟਿਕਲੀ ਸਿਲੈਕਟ ਹੋ ਜਾਂਦੀ ਹੈ, ਤੁਸੀਂ ਇਹਨੂੰ ਚੇਂਜ ਵੀ ਕਰ ਸਕਦੇ ਹੋ। ਤੀਸਰੇ ਨੰਬਰ 'ਤੇ ਹੈ ਜੀ ਨੰਬਰ ਆਫ ਟ੍ਰੀਜ਼। ਅਸੀਂ ਇਹ ਪਲਾਂਟੇਸ਼ਨ ਦੇ ਵਿੱਚ ਅਰਾਊਂਡ 50 ਟ੍ਰੀਜ਼ ਅੱਜ ਪਲਾਂਟ ਕੀਤੇ ਹੈ ਤਾਂ ਉੱਥੇ ਮੈਂ ਲਿਖ ਦਿੱਤਾ 5050। ਉਸ ਤੋਂ ਅਗਲਾ ਆਪਸ਼ਨ ਜੋ ਕਿ ਆਪਸ਼ਨਲ ਹੈ, ਉਹਦੇ ਵਿੱਚ ਤੁਸੀਂ ਲਿਖਣਾ ਵੀ ਕਿਹੜੇ ਟਾਈਪ ਦੇ ਪਲਾਂਟ ਤੁਸੀਂ ਇਸ ਲੋਕੇਸ਼ਨ ਦੇ ਵਿੱਚ ਪਲਾਂਟ ਕੀਤੇ ਹੈ। ਫੋਰ ਐਗਜ਼ਾਮਪਲ ਅਸੀਂ ਲਿਖਣ ਲੱਗੇ ਹਾਂ ਇਹਦੇ ਵਿੱਚ ਆਪਾਂ ਅੱਜ ਨਿੰਮ ਦੇ ਅਤੇ ਪਿੱਪਲ ਦੇ ਪਲਾਂਟਸ ਨੂੰ ਅਸੀਂ ਐਡ ਕੀਤਾ। ਉਸ ਤੋਂ ਬਾਅਦ ਹੈ ਰਿਮਾਰਕਸ, ਤੁਸੀਂ ਰਿਮਾਰਕਸ ਭਰ ਸਕਦੇ ਹੋ। ਫਿਰ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਹੈ ਇਹਦੀ ਇਮੇਜ ਖਿੱਚ ਕੇ ਉਹਨੂੰ ਨਾਲ ਅਪਲੋਡ ਕਰਨਾ। ਉਹਦੇ ਲਈ ਤੁਸੀਂ ਕੈਮਰਾ ਆਈਕਨ 'ਤੇ ਕਲਿੱਕ ਕਰੋ। ਇਹਦੇ ਵਿੱਚ ਤੁਹਾਨੂੰ 3 ਆਪਸ਼ਨ ਦਿਖਣਗੇ, ਟੇਕ ਫੋਟੋ, ਚੂਜ਼ ਫਰੋਮ ਲਾਈਬ੍ਰੇਰੀ ਅਤੇ ਕੈਂਸਲ। ਜਦੋਂ ਟੇਕ, ਜੇ ਤਾਂ ਤੁਸੀਂ ਉਸ ਲੋਕੇਸ਼ਨ 'ਤੇ ਪ੍ਰੈਜੈਂਟ ਹੋ ਤਾਂ ਤੁਸੀਂ ਟੇਕ ਫੋਟੋ ਨੂੰ ਚੂਜ਼ ਕਰੋ। ਇਹਦੇ ਨਾਲ ਹੀ ਤੁਹਾਡਾ ਕੈਮਰਾ ਖੁੱਲ੍ਹ ਜਾਏਗਾ। ਤੁਸੀਂ ਸਾਰੀ ਪਲਾਂਟੇਸ਼ਨ ਦੇ ਵਿੱਚੋਂ ਇੱਕ ਤੋਂ ਲੈ ਕੇ 5 ਫੋਟੋਜ਼ ਤੱਕ ਤੁਸੀਂ ਕਲਿੱਕ ਕਰ ਸਕਦੇ ਹੋ ਅਤੇ ਉਹਨਾਂ ਨੂੰ ਅਪਲੋਡ ਕਰ ਸਕਦੇ ਹੋ। ਜੋ ਹੁਣ ਅਸੀਂ ਕਰਕੇ ਦਿਖਾਉਂਦੇ ਹਾਂ ਤੁਹਾਨੂੰ, ਜਿਵੇਂ ਆਹ ਪੌਦਾ ਸਾਡੀ ਐਪ ਵਿੱਚ ਕੈਮਰਾ ਆਈਕਨ ਖੁੱਲ੍ਹਿਆ ਹੋਇਆ ਅਤੇ ਮੈਂ ਇੱਕ ਸੋਹਣੀ ਜਿਹੀ ਫੋਟੋ ਇਹਦੀ ਖਿੱਚ ਕੇ ਇਹਨੂੰ ਚੂਜ਼ ਕਰ ਰਿਹਾ। ਜਦੋਂ ਅਸੀਂ ਫੋਟੋ ਕਲਿੱਕ ਕਰ ਲਵਾਂਗੇ ਤਾਂ ਤੁਸੀਂ ਦੇਖੋਗੇ ਇੱਕ ਸਪਿਨਰ ਚੱਲ ਰਿਹਾ। ਸਪਿਨਰ ਦਾ ਮਤਲਬ ਫੋਟੋ ਅਪਲੋਡ ਹੋ ਰਹੀ ਹੈ। ਜਦੋਂ ਫੋਟੋ ਅਪਲੋਡ ਹੋ ਗਈ ਉਹਦਾ ਨਾਮ ਫੋਟੋ ਦਾ ਉੱਥੇ ਲਿਖਿਆ ਆ ਜਾਏਗਾ। ਇਸੇ ਤਰੀਕੇ ਕਰਕੇ ਅਸੀਂ ਇੱਕ ਤੋਂ ਵੱਧ ਕਿੰਨੀ ਸਾਰੀਆਂ ਫੋਟੋ ਅਤੇ ਇੱਕ ਵੀਡੀਓ ਵੀ ਅਸੀਂ ਅਪਲੋਡ ਕਰ ਸਕਦੇ ਹਾਂ। ਇਹ ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਸਬਮਿਟ ਨੂੰ ਆਪਸ਼ਨ ਨੂੰ ਕਲਿੱਕ ਕਰਨਾ ਹੈ ਅਤੇ ਤੁਸੀਂ ਦੇਖੋਗੇ ਇੱਕ ਨਵੀਂ ਸਕਰੀਨ ਖੁੱਲ੍ਹੇਗੀ ਸਬਮਿਟ ਹੋਣ ਤੋਂ ਬਾਅਦ। ਉਹਦਾ ਨਾਮ ਹੈ ਮਾਈ ਪਲਾਂਟੇਸ਼ਨਸ। ਉਹਦੇ ਵਿੱਚ ਤੁਸੀਂ ਦੇਖੋਗੇ 3 ਲਿਸਟਸ ਆ ਰਹੀਆਂ, ਇੱਕ ਹੈ ਪੈਂਡਿੰਗ, ਇੱਕ ਹੈ ਅਪਰੂਵ, ਇੱਕ ਹੈ ਡਿਨਾਈਡ। ਪੈਂਡਿੰਗ ਵਾਲੇ ਦੇ ਵਿੱਚ ਤੁਸੀਂ ਹੋਣ ਵਾਲੀ ਲੋਕੇਸ਼ਨ ਦਾ ਉੱਤੇ ਸਭ ਤੋਂ ਉੱਪਰ ਐਡਰੈਸ, ਨੰਬਰ ਆਫ ਟ੍ਰੀਜ਼ ਅਤੇ ਡੇਟ ਤੁਸੀਂ ਦੇਖ ਸਕਦੇ ਹੋ। ਇਹ ਜਦੋਂ ਅਸੀਂ ਡਾਟਾ ਅਸੀਂ ਆਪਣੇ ਬੈਕਐਂਡ ਦੇ ਵਿੱਚੋਂ ਦੇਖਾਂਗੇ, ਇਹਨੂੰ ਅਪਰੂਵ ਕਰਾਂਗੇ ਤਾਂ ਸੇਮ ਤੁਹਾਡੀ ਲਿਸਟ ਅਪਰੂਵ ਦੇ ਵਿੱਚ ਆ ਜਾਏਗੀ, ਜਿਹਦੇ ਵਿੱਚ ਫਿਲਹਾਲ ਲਈ 9 ਡਾਟਾ ਅਵੇਲੇਬਲ ਲਿਖਿਆ ਆ ਰਿਹਾ ਹੈ। ਜਦੋਂ ਇਹ ਅਪਰੂਵ ਹੋ ਜਾਏਗੀ ਤਾਂ ਇਹ ਡਾਟਾ ਤੁਹਾਡਾ ਸਾਡੇ ਕੋਲ ਆ ਗਿਆ ਅਤੇ ਤੁਹਾਡੀ ਪਲਾਂਟੇਸ਼ਨ ਜੀਓ ਟੈਗ ਸਕਸੈਸਫੁਲੀ ਹੋ ਚੁੱਕੀ ਹੈ। ਇਹ ਸਿੰਪਲ ਤਰੀਕਾ ਸੀ ਆਪਣੀ ਪਲਾਂਟੇਸ਼ਨ ਨੂੰ ਜੀਓ ਟੈਗ ਕਰਨ। ਸੋ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ, ਇਹ ਐਪ ਨੂੰ ਡਾਊਨਲੋਡ ਕਰੋ, ਇਹਦੇ ਵਿੱਚ ਰਜਿਸਟਰ ਕਰਕੇ 550 ਰੁੱਖ ਗੁਰੂ ਦੇ ਨਾਮ ਮੁਹਿੰਮ ਨਾਲ ਜੁੜੋ ਅਤੇ ਆਪਣੀਆਂ ਕੀਤੀਆਂ ਪਲਾਂਟੇਸ਼ਨਸ ਨੂੰ ਜੀਓ ਟੈਗ ਕਰੋ ਤਾਂ ਕਿ ਇਹ ਸਾਰਾ ਡਾਟਾ ਸਾਡੇ ਕੋਲ ਕੰਪਾਈਲ ਹੋਵੇ ਅਤੇ ਅਸੀਂ ਆਪਣਾ ਜਿਹੜਾ ਟਾਰਗੇਟ ਹੈ ਉਹਨੂੰ ਅਚੀਵ ਜ਼ਰੂਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।